ਪੰਜਾਬ ਭਰ ਤੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ। ਇਸ ਤੋਂ ਪਹਿਲਾਂ ਅਗਰ ਕਿਸਾਨ ਬੈਕਅਪ ਲੈਣ ਦੇ ਲਈ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੁੰਦੇ ਨੇ, ਪੰਜਾਬ ਤੋਂ ਹਰ ਜਗ੍ਹਾ ਕੋਈ ਨਾ ਕੋਈ ਜਗ੍ਹਾ ਨਿਸ਼ਚਿਤ ਕੀਤੀ ਗਈ। ਇਸ ਸਮੇਂ ਅਸੀਂ ਸੰਗਰੂਰ ਦੇ ਮਹਿਲਾ ਚੌਕ ਪਿੰਡ ਦੇ ਵਿੱਚ ਖੜ੍ਹੇ ਹਾਂ, ਜਿੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਕੁਝ ਜ਼ਿਲ੍ਹਿਆਂ ਦਾ ਇਕੱਠ ਜਿਹੜਾ ਇੱਥੇ ਤੋਂ ਨਜ਼ਰ ਆ ਰਿਹਾ। ਤਕਰੀਬਨ ਤੁਹਾਨੂੰ 1200 ਤੋਂ ਲੈ ਕੇ 1300 ਟਰੈਕਟਰ ਟਰਾਲੀ ਇੱਥੇ ਨਜ਼ਰ ਆ ਰਹੀ ਹੈ। ਇਹ ਖੁੱਲ੍ਹੀ ਇੱਕ ਮੰਡੀ ਦੇ ਵਿੱਚ ਟਰੈਕਟਰ ਟਰਾਲੀਆਂ ਖੜ੍ਹੀਆਂ ਕੀਤੀਆਂ ਗਈਆਂ ਨੇ। ਅਗਰ ਪਿੱਛੇ ਇੱਧਰ ਤਸਵੀਰ ਤੁਹਾਨੂੰ ਦਿਖਾਈ ਜਾਵੇ, ਸਾਹਮਣੇ ਜਿਹੜਾ ਉਹ ਹਾਈਵੇ ਨਿਕਲ ਰਿਹਾ ਜਿਹੜਾ ਕਿ ਖਨੌਰੀ ਨੂੰ ਜਾਂਦਾ ਹੈਗਾ, ਜਿੱਥੇ ਪੰਜਾਬ ਹਰਿਆਣਾ ਬਾਰਡਰ ਹੈਗਾ। ਇਸ ਤੋਂ ਬਾਅਦ ਕਿਸਾਨ ਉੱਧਰ ਨੂੰ ਮੂਵ ਹੋਣਗੇ। ਸਿਰਫ ਉਰੇ ਇੰਤਜ਼ਾਰ ਕੀਤਾ ਜਾ ਰਿਹਾ ਹੈਗਾ ਕਿ ਜਿਹੜੀਆਂ ਟਰਾਲੀਆਂ ਹਜੇ ਰਾਸਤੇ ਦੇ ਵਿੱਚ ਨੇ ਜਾਂ ਕੋਈ ਮੋਗੇ ਤੋਂ, ਬਰਨਾਲੇ ਤੋਂ, ਜਿਹੜੀਆਂ ਹੋਰ ਮਾਨਸਾ ਤੋਂ ਹੋਰ ਸਾਈਡਾਂ ਤੋਂ ਜਿਹੜੀਆਂ ਟਰਾਲੀਆਂ ਆ ਰਹੀਆਂ ਨੇ ਉਹ ਇੱਥੇ ਇਕੱਠੀਆਂ ਹੋ ਜਾਣ। ਇਕੱਠੇ ਹੋਣ ਤੋਂ ਬਾਅਦ ਫਿਰ ਇੱਕ ਸਾਰ ਜਿਹੜਾ ਧਾਵਾ ਹੈਗਾ ਜਿਹੜਾ ਉਹ ਬੋਲਿਆ ਜਾਏਗਾ, ਕਿਉਂਕਿ ਕਾਫੀ ਵੱਡੀ ਅਨਾਜ ਮੰਡੀ ਨੂੰ ਜਿਹੜਾ ਚੁਣਿਆ ਗਿਆ, ਕਿਉਂਕਿ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਪਿੱਛੇ ਤੁਸੀਂ ਇੱਕ ਟਰੈਕਟਰ ਦੇ ਪਿੱਛੇ ਤੁਸੀਂ ਦੇਖੋ ਕਿ ਦੋ ਦੋ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਪਾਈਆਂ ਗਈਆਂ ਨੇ। ਕਿਸਾਨ ਜਿਹੜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀ ਅਤੇ ਉਸ ਤੋਂ ਵੱਧ ਗਿਣਤੀ 'ਚ ਕਿਸਾਨ ਇੱਕ ਟਰਾਲੀ ਦੇ ਵਿੱਚ ਤਕਰੀਬਨ 10 ਤੋਂ 12 ਕਿਸਾਨ ਜਿਹੜੇ ਆਪਣਾ ਰਾਸ਼ਨ, ਆਪਣਾ ਰਹਿਣ ਸਹਿਣ ਦਾ ਪ੍ਰਬੰਧ ਕਰਕੇ ਜਿਹੜਾ ਉਹ ਇੱਥੋਂ ਚੱਲ ਰਹੇ ਨੇ, ਕਿਉਂਕਿ ਹੁਣ ਕੱਲ੍ਹ ਨੂੰ ਸੰਗਰੂਰ ਦੇ ਖਨੌਰੀ ਜਿਹੜਾ ਪੰਜਾਬ ਹਰਿਆਣਾ ਦਾ ਬਾਰਡਰ ਆ, ਜਿੱਥੇ ਸਖ਼ਤ ਪਹਿਰਾ ਹਰਿਆਣਾ ਸਰਕਾਰ ਵੱਲੋਂ ਲਗਾਇਆ ਗਿਆ ਗਾ, ਬੈਰੀਕੇਟਿੰਗ ਲਗਾਈ ਗਈ ਆ, ਉੱਥੇ ਪਹੁੰਚਣਗੇ। ਪਰ ਇੱਥੇ ਦੱਸਦੀ ਹੈ ਕਿ ਹਰਿਆਣਾ ਦੇ ਕਿਸਾਨ ਵੀ ਉਹਨਾਂ ਨੂੰ ਲੈਣ ਲਈ ਪਹੁੰਚੇ ਹੋਏ ਨੇ, ਜਿਹੜੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਜਿਹੜਾ ਉੱਥੇ ਵੈਲਕਮ ਕਰਨ ਦੇ ਲਈ, ਜਾਣੀ ਕਿ ਅੱਗੇ ਅਸੀਂ ਲੱਗਾਂਗੇ, ਪਿੱਛੇ ਜਿਹੜੇ ਪੰਜਾਬ ਦੇ ਕਿਸਾਨ ਹੋਣਗੇ। ਹੁਣ ਦੇਖਣਾ ਹੋਵੇਗਾ ਕਿ ਕੱਲ੍ਹ ਨੂੰ ਹਰਿਆਣਾ ਪੰਜਾਬ ਦੇ ਖਨੌਰੀ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਕਿਉਂਕਿ ਜਦੋਂ ਇੰਨੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਹਰਿਆਣਾ ਵੱਲ ਨੂੰ, ਜਾਣੀ ਕਿ ਉਸ ਦੇ ਰਾਸਤੇ ਦਿੱਲੀ ਵੱਲ ਨੂੰ ਕੂਚ ਕਰਨਗੇ। ਵਿੱਕੀ ਭੁੱਲਰ, ਪੰਜਾਬ ਤੱਕ, ਸੰਗਰੂਰ।